ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ YouTube ਚੈਨਲ। ਅੱਜ ਮੈਂ ਜਿਸ ਇੱਕ ਨਿਊਜ਼ ਦੇਖ ਰਿਹਾ ਸੀਗਾ ਨਿਊਜ਼ ਚੈਨਲ 'ਤੇ, ਫੇਸਬੁੱਕ ਚਲਾ ਰਿਹਾ ਸੀਗਾ, ਅੱਜ ਰਾਤੀ ਬੈਠਾ, 11 ਕੁ ਵੱਜ ਗਏ ਨੇ, ਫੇਸਬੁੱਕ 'ਤੇ ਨਿਊਜ਼ ਆ ਰਹੀ ਸੀਗੀ ਇੱਕ ਨਿਊਜ਼ ਚੈਨਲ ਜੋ ਵੈਬ ਚੈਨਲਸ ਹੁੰਦੇ ਆ ਕਿ ਕੈਨੇਡਾ 'ਚ ਥੋੜ੍ਹੇ ਵਰਕ ਪਰਮਿਟ ਨੂੰ ਲੈ ਕੇ, ਸਟੂਡੈਂਟਸ ਦੇ ਵਰਕ ਪਰਮਿਟਸ ਨੂੰ ਲੈ ਕੇ ਕੁਛ ਰੂਲਸ ਚੇਂਜਿਸ ਹੋਏ ਆ। ਅਤੇ ਮੈਂ ਜਦੋਂ ਟਵਿੱਟਰ 'ਤੇ ਚੈੱਕ ਕੀਤਾ ਤਾਂ ਮੈਂ ਦੇਖਿਆ ਕਿ ਉਹ ਸੱਚੀ ਨੂੰ ਚੇਂਜਿਸ ਹੋਏ ਨੇ ਕੁਛ, ਜਿਹੜੇ ਕੈਨੇਡਾ ਦੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਅਨਾਊਂਸ ਕੀਤਾ ਕਿ ਜਿਹੜੇ ਕੈਨੇਡਾ ਦੇ ਸਟੂਡੈਂਟਸ ਨੇ ਜਿਹੜੇ ਇੱਥੇ ਸਟੱਡੀ ਕਰ ਰਹੇ ਨੇ ਉਹਨਾਂ ਲਈ ਵਰਕ ਪਰਮਿਟਸ ਵਰਕ ਰਾਈਟਸ ਹੈ ਜਿਹੜੇ ਉਹ ਵਧਾ ਦਿੱਤੇ ਗਏ ਹੈ। ਜਿਹੜੇ ਉਹ ਪਹਿਲਾਂ ਕੀ ਹੁੰਦਾ ਸੀਗਾ, 20 ਘੰਟੇ ਹਫ਼ਤੇ ਦੇ ਕੰਮ ਕਰਨ ਦੇ ਉਹਨਾਂ ਨੂੰ ਰਾਈਟਸ ਮਿਲੇ ਹੋਏ ਸੀਗੇ, ਹੁਣ ਉਹਨਾਂ ਨੇ ਕੀ ਕੀਤਾ ਕਿ ਉਹ 20 ਘੰਟੇ ਦੀ ਜਗ੍ਹਾ ਉਹਨਾਂ ਨੇ ਕਹਿਤਾ ਕਿ ਸਟੂਡੈਂਟਸ 20 ਘੰਟੇ ਤੋਂ ਜ਼ਿਆਦਾ ਵੀ ਕੰਮ ਕਰ ਸਕਦੇ ਨੇ ਕੈਨੇਡਾ ਦੇ ਵਿੱਚ। ਜਿਹੜੇ ਵੀ ਸਟੂਡੈਂਟਸ ਗਏ ਹੋਏ ਨੇ ਜਾਂ ਜਿਹੜੇ ਜਾਣਗੇ, ਇਹੋ ਜਿਹਾ ਕੁਛ ਹਲੇ ਉਹਨਾਂ ਨੇ ਦੱਸਿਆ ਨਹੀਂ ਵੀ ਜਿਹੜੇ ਗਏ ਹੋਏ ਉਹਨਾਂ ਲਈ ਹੈ, ਜਿਹੜੇ ਨਵੇਂ ਜਾਣਗੇ ਉਹਨਾਂ ਲਈ ਵੀ ਹੈਗਾ। ਬਟ ਉਹਨਾਂ ਨੇ ਇਹ ਜ਼ਰੂਰ ਕਹਿਤਾ ਕਿ ਜਿਹੜੇ ਵੀ ਸਟੂਡੈਂਟਸ ਹੈਗੇ ਨੇ ਕੋਈ ਰਿਸਟ੍ਰਿਕਟਡ ਨਹੀਂ ਹੈਗਾ ਉਹਨਾਂ ਦਾ, 20 ਘੰਟੇ ਲਈ ਕੰਮ ਕਰਨਾ, ਉਹ ਜ਼ਿਆਦਾ ਵੀ ਕਰ ਸਕਦੇ ਨੇ। ਇਹ ਜਿਹੜਾ ਰੂਲ ਹੈਗਾ ਉਹ 15 ਨਵੰਬਰ 2022 ਤੋਂ ਲਾਗੂ ਹੋ ਜੂਗਾ, ਅਤੇ ਉਸ ਤੋਂ ਬਾਅਦ ਇਹ ਜਿਹੜਾ ਰੂਲ ਰਹੇਗਾ 15 ਨਵੰਬਰ ਤੋਂ ਸਟਾਰਟ ਹੋ ਗਏ 31 ਦਸੰਬਰ 2023 ਤੱਕ ਇਹ ਰੂਲ ਰਹੇਗਾ। ਜਿਹੜੇ ਵੀ ਸਟੂਡੈਂਟਸ ਨੇ ਉਹ ਕੰਮ ਕਰ ਸਕਦੇ ਨੇ 20 ਘੰਟੇ ਤੋਂ ਜ਼ਿਆਦਾ, ਅਤੇ ਮੈਨੂੰ ਵਧੀਆ, ਚਲੋ ਵੀ ਤੁਸੀਂ ਕੰਮ ਕੁੰਮ ਕਰੋਗੇ, ਕੋਈ ਮੇਰਾ ਵੀਰ ਭਰਾ ਗਿਆ ਹੋਊਗਾ ਸ਼ਾਇਦ, ਕੋਈ ਆਈਫੋਨ ਵੀਫੋਨ ਭੇਜੂਗਾ ਮੇਰੇ ਲਈ, ਅਤੇ ਵਧੀਆ ਕਮਾਈ ਕਮੂਈ ਕਰੋਗੇ, ਡੋਲਰ ਡੋਲਰ ਕਮਾਓਗੇ ਇੱਥੇ। ਅਤੇ ਉਹਨਾਂ ਨੇ ਕਿਹਾ ਕਿ 5 ਲੱਖ ਇੰਟਰਨੈਸ਼ਨਲ ਸਟੂਡੈਂਟਸ ਨੂੰ ਫਾਇਦਾ ਹੋਏਗਾ ਜ਼ਿਆਦਾ ਇਹ, ਕਿਉਂਕਿ ਜੋ 5 ਲੱਖ ਸਟੂਡੈਂਟਸ ਹੈਗੇ ਨੇ ਇੱਥੇ ਉਹਨਾਂ ਨੂੰ ਇਹ ਫਾਇਦਾ ਹੋਏਗਾ। ਅਤੇ 15 ਨਵੰਬਰ ਤੋਂ ਸਟਾਰਟ ਹੈ, ਅਤੇ ਤੁਸੀਂ 20 ਘੰਟੇ ਤੋਂ ਜ਼ਿਆਦਾ ਵੀ ਕੰਮ ਕਰ ਸਕਦੇ ਹੋ। ਬਾਕੀ ਜੋ ਓਫੀਸ਼ੀਅਲ ਸਟੇਟਮੈਂਟ ਹੈ ਜੋ ਟਵਿੱਟਰ 'ਤੇ ਹੈਗੀ ਹੈ ਉਹਨਾਂ ਦੇ, ਉਹ ਮੈਂ ਤੁਹਾਨੂੰ ਵੀਡੀਓ 'ਚ ਮੈਂ ਅਟੈਚ ਕਰ ਦਿੰਦਾ ਮੇਰੇ, ਹੈ ਨਾ, ਤੁਹਾਡੇ ਵੀਡੀਓ 'ਚ ਤੁਸੀਂ ਚੈੱਕ ਕਰ ਸਕਦੇ, ਸਕਰੀਨਸ਼ੋਟ ਮੈਂ ਤੁਹਾਨੂੰ ਪਾ ਦੂੰਗਾ, ਜੋ ਵੀ ਉਹਨਾਂ ਦੀ ਓਫੀਸ਼ੀਅਲ ਸਟੇਟਮੈਂਟ ਹੈ। ਮੈਂ ਜਲਦੀ ਜਲਦੀ ਸੋਚਿਆ ਕਿ ਵੀਡੀਓ ਬਣਾਵਾਂ, ਅਤੇ ਵਧੀਆ ਨਿਊਜ਼ ਹੈ ਇਹ ਸਟੂਡੈਂਟਸ ਲਈ ਜਿਹੜੇ ਵਿਚਾਰੇ ਮਿਹਨਤ ਕਰਦੇ ਨੇ, ਹੈ ਨਾ, ਘਰ ਤੋਂ ਦੂਰ ਹੈਗੇ ਨੇ, 20 ਘੰਟੇ ਲੀਗਲੀ ਉਹਨਾਂ ਨੂੰ ਵਰਕ ਰਾਈਟਸ ਮਿਲਦੇ ਸੀਗੇ, ਅਤੇ ਹੁਣ ਫੁੱਲ ਟਾਈਮ ਵੀ ਮੇਰੇ ਖਿਆਲ ਨਾਲ ਕੰਮ ਕਰਨ ਦੀ ਪਰਮਿਸ਼ਨ ਹੈਗੀ ਉਹਨਾਂ ਕੋਲ, ਅਤੇ ਫੁੱਲ ਟਾਈਮ ਕੰਮ ਕਰਕੇ ਵਧੀਆ ਆਪਣੀ ਫੀਸ ਵਗੈਰਾ ਕੱਢ ਪਾਣਗੇ ਅਤੇ ਅਰਨਿੰਗ ਵਗੈਰਾ ਕਰ ਪਾਣਗੇ। ਅਤੇ ਦੱਬ ਕੇ ਕੰਮ ਕਰੋ, ਵਧੀਆ ਹੋਊਗਾ, ਬਹੁਤ ਵਧੀਆ ਚੀਜ਼ ਹੈ ਇਹ। ਅਤੇ ਧੰਨਵਾਦ ਜੀ।